जी तो आज है हमारा फर्स्ट डे एट कॉलेज और ये मेरे भाई वली साहब और हम जा रहे हैं आज कॉलेज। यार साडा ना एक दोस्त रहिंदा वो आया ना ओदी माँ भैन चंगी तरह छिलनी है वो आया तो फिर कॉलेज जाना यार सानू ना टक्कर गया वा साडे को थोड़ा जिहा दूर ना एक रास्ता उत्थे ना सानू बुलाया वा यार आज सानू इन्हें निकाल दिता वा कितने कल्या ग्राउंड हाँ ग्राउंड भेजा क्रिकेट ग्राउंड के उत्थे जाके एड्रेस पता चलेगा क्लासेस वगैरह का तो उत्थे से जा रहे हैं। बाय कर दे हाय कर दे के बाय कर दे बाय यार हुण वेले होए हैं ते भाई होने ए जनरल साइंस वाले मासा एफ ए वाले आ ਹੁਣ ਵੇਲੇ ਹੋਏ ਬਹੁਤ ਬਹੁਤ ਲੰਮੀ ਚੌੜੀ ਤਕਰੀਰ ਸੀ ਕੀ ਦੱਸ ਵੀ ਜੀ ਮਾਸ਼ਾਅੱਲਾ ਸਾਡੇ ਸਾਡਾ ਬਹੁਤ ਸਿਰ ਖਪਾਇਆ ਹਾਂਜੀ ਸਮਝ ਸਾਨੂੰ ਫਿਰ ਵੀ ਕੱਖ ਨਹੀਂ ਆਈ ਇਹ ਵਰਕੇ ਸਾਡੇ ਨਾਲ ਕੋਲ ਨੇ ਇਹ ਜੀ ਕਲਾਸਾਂ ਦੇਖ ਰਹੇ ਹਾਂ ਕਿੱਥੇ ਹੁਣ ਪਤਾ ਨਹੀਂ ਕਲਾਸਾਂ ਵੀ ਮਿਲਦੀਆਂ ਕਿ ਨਹੀਂ ਮਿਲਦੀਆਂ ਮੈਨੂੰ ਫਾਦ ਕਹਿੰਦਾ ਸੀ ਕਹਿੰਦਾ ਤੁਹਾਨੂੰ ਜਨਾਬ ਕਲਾਸਾਂ ਮਿਲਣੀਆਂ ਨਹੀਂ 6-6 ਮਹੀਨੇ ਯਕੀਨ ਕਰ ਤੇ ਹੁਣ ਚੱਲੇ ਕੈਫੇਟੇਰੀਆ ਉੱਥੇ ਬਹਿ ਕੇ ਤਸੱਲੀ ਨਾਲ ਤੁਰਾ ਖਾ ਪੀ ਕੇ ਮਾਰ ਸਾਹਿਬ ਕੋਲੋਂ ਫਿਰ ਸੋਚਦੇ ਆ ਨਾ ਫਿਰ ਤਾਂ ਦੱਸਦੇ ਕਮਰੇ ਨਹੀਂ ਲੱਭਦੇ ਪਏ ਮੁੰਡਾ ਸੋਹਣਾ ਨਹੀਂ ਵੇਖ ਨਹੀਂ ਸਕਦਾ ਹਲਾ ਇਹਨੂੰ ਮੁੰਡਾ ਦਿਖਾ ਲਓ ਤੁਹਾਨੂੰ ਕਮਰਾ ਨਹੀਂ ਲੱਭਣ ਦਿਆ ਇਹਨੂੰ ਮੁੰਡਾ ਨਹੀਂ ਲੱਭਣ ਦਿਆ ਕੀ ਕਹਿੰਦਾ ਮੈਨੂੰ ਮੁੰਡਾ ਕੋਈ ਸੋਹਣਾ ਦਿਖਾਓ ਯਾਰ ਇੱਧਰ ਆ ਪਿੱਛੇ ਉਹਨਾਂ ਦੱਸਿਆ ਪਿੱਛੇ ਦੱਸਿਆ ਕਹਿੰਦੇ ਉੱਧਰ ਪੁੱਛ ਕੇ ਆਏ ਚਲੋ ਉੱਪਰ ਦੇਖ ਲਈਏ ਯਾਰ ਸਾਨੂੰ ਤਾਂ ਇੱਥੇ ਕਮਰੇ ਨਹੀਂ ਲੱਭਣ ਦੇ ਹੋਰ ਅਸੀਂ ਇੱਥੇ ਕੀ ਲੱਭਣਾ ਵਾ ਚੱਲ ਅੱਗੇ ਇਹ ਜੀ ਸਾਡੇ ਬਾਹਰ ਉਮਰ ਸਾਹਿਬ ਉਮਰ ਐਡਵੋਕੇਟ ਹਾਈ ਕੋਰਟ ਤਕਰੀਬਨ ਸਰਕਾਰ ਯਾਰ ਸਾਨੂੰ ਸਾਡਾ ਕਮਰਾ ਲੱਭ ਹੀ ਗਿਆ ਅਤੇ ਲੱਭਾ ਬਹੁਤ ਮੁਸ਼ਕਲ ਆ ਮੈਂ ਸਭ ਹਾਏ ਕਰ ਦਿਉ ਹਾਏ ਹੱਥ ਵੀ ਹਿਲਾ ਦਿਉ ਟੁੰਡਾ ਵਾ ਹੱਥ ਵੀ ਹਿਲਾ ਦੇ ਟੁੰਡਾ ਵਾ ਜੰਨਤ ਦਾ ਨਜ਼ਾਰਾ ਜੰਨਤ ਦਾ ਨਜ਼ਾਰਾ ਬੈਠੀ ਕਿਹੜੀ ਪਾਰਟੀ ਕਰ ਰਹੇ ਇਹ ਹਮ ਹੈ ਜੇ ਟੁੱਟੂ ਫਾਟੀ ਕਰ ਰਹੇ ਯਾਰ ਸਾਡਾ ਕੰਮ ਹੋ ਗਿਆ ਇਹ ਭਾਈ ਰਹਿ ਗਏ ਅਤੇ ਇਹਨਾਂ ਦੀ ਲਿਸਟ ਲੱਗਣੀ ਨਹੀਂ ਮਾਸ਼ਾਅੱਲਾ ਪੜ੍ਹਨ ਦੇ ਵਿੱਚ ਮਾਹਿਰ ਸੀਗੇ ਨੰਬਰ ਐਡੇ ਸੋਹਣੇ ਲਏ ਭਾਈ ਉਹਨਾਂ ਨੇ ਤੂੰ ਬੜਾ ਲਾਲੂ ਅਤੇ ਇਹਨਾਂ ਦੇ ਜਨਾਬ ਹੁਣ ਆਏ ਨਹੀਂ ਗਏ ਲਿਸਟ ਦੇ ਵਿੱਚ ਅਤੇ ਉਹ ਚਾਚਾ ਕਹਿ ਰਿਹਾ ਕੱਲ੍ਹ ਲਿਸਟ ਲੱਗਣੀ ਆ ਦੇਖਦੇ ਹਾਂ 1 ਵਜੇ ਤੱਕ ਕੱਲ੍ਹ ਲਿਸਟ ਮਾਸ਼ਾਅੱਲਾ ਮਹਾਰਾਜ ਉਹ ਅੱਜ ਦਾ ਕੰਮ ਸਭ ਖਤਮ ਹੋ ਗਿਆ ਅਬ ਹਮ ਘਰ ਜਾ ਰਹੇ ਹੈ ਕੱਲ੍ਹ ਸੁਬਹ ਫਸਟ ਟਾਈਮ ਤਕਰੀਬਨ 8:30 ਸੇ ਲੇਕਰ 9:10 ਤੱਕ ਹਮਾਰਾ ਪਹਿਲਾ ਲੈਕਚਰ ਹੋਗਾ ਐਡੀ ਇੰਗਲਿਸ਼ ਨਾ ਝਾੜ ਉਰਦੂ ਨਾ ਝਾੜ ਫਸ ਦੀ ਕਿਤੇ ਬਹੁਤ ਪੁਰਜੋਸ਼ ਹੈ ਕਿ ਹਮਾਰਾ ਕੱਲ੍ਹ ਜੋ ਹੈ ਨਾ ਫਸਟ ਈਅਰ ਕਾ ਪਹਿਲਾ ਲੈਕਚਰ ਹੈ ਹਾਂਜੀ ਵੈਸੇ ਅੱਜ ਸਾਡੀ ਕੰਮ ਹੋ ਗਿਆ ਕੰਮ ਸਾਡਾ ਹੋ ਗਿਆ ਪਰ ਧੱਕੇ ਬਹੁਤ ਖਾਧੇ ਨੇ ਅਸੀਂ ਹਮ ਜਲੀਲੋ ਖਵਾਰ ਹੋਏ ਹਾਂ ਬਾਬਾ ਜੀ 137 ਨੰਬਰ ਕਮਰੇ ਜਾ ਰਹੇ ਹਾਂ ਕਦੀ 27 ਜਾ ਰਹੇ ਹਾਂ ਤੁਸੀਂ ਡਿਫਰੈਂਸ ਚੈੱਕ ਕਰੋ ਨਾ 137 27 ਕਿੰਨਾ ਡਿਫਰੈਂਸ ਹੈ ਵਾਸਤੇ ਬਾਹਰ ਗੱਡੀ ਆਈ ਹੋਈ ਆ ਬਸ ਹੁਣ ਅਸੀਂ ਚੱਲਦੇ ਹਾਂ ਸਦਰ ਨੂੰ ਬੋਰਡ ਫਾਂਡਿਆ ਮੈਂ ਬਾਹਰ ਨਾ ਜਾ ਫੋਟੋ ਬਣਾ ਰਹੇ ਬੋਲਾ ਸਾਰਾ ਤੂੰ ਕੋਈ ਗੱਲ ਨਹੀਂ ਬਣਾ ਲੈਂਦੇ ਫੋਟੋ ਇਹ ਚੱਲੇ ਅਸੀਂ ਕਰੋ ਘਰ ਅਤੇ ਜੀ ਅੱਜ ਦਾ ਸਾਡਾ ਟੂਰ ਹੋਇਆ ਖਤਮ ਇਹਦੇ ਨਾਲ ਹੀ ਅਤੇ ਭਾਈ ਉਹਨਾਂ ਨੂੰ ਕਿਸੇ ਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਨਾ ਅਤੇ ਸਬਸਕ੍ਰਾਈਬ ਕਰਨਾ ਲਾਜ਼ਮੀ ਅਤੇ ਅੱਜ ਦਾ ਵਲੌਗ ਸਾਡਾ ਖਤਮ ਹੋਇਆ ਅੱਲਾ ਹਾਫਿਜ਼।